तस्वीर अमृतसर दियां ने जिथे एक ढाबा खाली करवाउण दे लई दुकान मालक दे वल्लों अद्धी रात नूं दुकान की भनतोड़ कर दिती गई। 25-30 व्यक्तियों नूं लै के शरेआम दुकान मालक दे वल्लों कुटमार की गई है। जिक्रयोग है कि कोर्ट दे वल्लों मिले स्टे दे बावजूद शरेआम गुंडागर्दी की गई है। जिक्रयोग है कि दुकान मालक दे वल्लों जिथे दुकान की भनतोड़ की गई उत्थी उह नकदी लै के उत्थों दी फरार हो गए। बयानां दे आधार दे उत्ते फिलहाल दोषियों के खिलाफ कार्रवाई की जा रही है। दुकान मालक जांदे जांदे सीसीटीवी कैमरे का DVR भी अपने नाल लै गए ने। पीड़ित ने दस्सिया कि अज करिंडा थाने दे विच राजीनामा होना सी। अमृतसर तो अज की आवाज दे लई विनोद कुमार की रिपोर्ट। हाँ जी भाई, अपना नाम दा ਆ ਨਾਮ ਸਰ ਕਵਜੀਤ ਸਿੰਘ ਉੱਪਰ ਮੋਨੂ ਕਰਕੇ ਮੈਨੂੰ ਕਹਿੰਦੇ ਐਮ ਸਟਾਰ ਢਾਬਾ ਆਪਣਾ ਟਾਰੀ ਰੋਡ ਦੇ ਕਿੱਥੇ ਟਾਰੀ ਰੋਡ ਦੇ ਉੱਪਰ ਜੀ ਕੁਰਬਣੀਆਂ ਤੇ ਕੀ ਗੱਲ ਹੈ ਗੱਲ ਜੀ ਸਰ ਕੁਝ ਸਮੇਂ ਤੋਂ ਪਹਿਲਾਂ ਆਪਣੇ ਕੋਲ ਦੁਕਾਨਾਂ ਕਰਾਏ ਦੇ ਜਿਹਦਾ ਆਪਾਂ ਸਮੇਂ ਸਿਰ ਕਿਰਾਇਆ ਦੇ ਰਹੇ ਹਾਂ ਤੇ ਬੜੀ ਯਾਰ ਇਹਨਾਂ ਨੂੰ ਧਮਕੀਆਂ ਦੇ ਗਿਆ ਇੱਥੇ ਵੀ ਸਾਡੇ ਤੇ ਇੰਨੇ ਪਰਚੇ ਆ ਢਿੱਲੋ ਡੇਰੀ ਵਾਲੇ ਬਾਈਪਾਸ ਵਾਲੇ ਜਿਹਨਾਂ ਦੇ ਨਾਮ ਨੇ ਸਾਰੇ ਕਲੀਅਰ ਲਿਖੇ ਰਿਪੋਰਟ ਦੇ ਵਿੱਚ ਬਾਈ ਆ ਧਮਕੀਆਂ ਦਿੱਤੀਆਂ ਤੇ ਮੈਂ ਪ੍ਰਸ਼ਾਸਨ ਕੋਲ ਗਿਆ ਦਰਖਾਸ਼ਤ ਮੇਰੇ ਕੋਲ ਨੰਬਰ ਹੀ ਆ ਸਟੇ ਵੀ ਕੋਰਟ ਵੱਲੋਂ ਲਿਆਂਦਾ ਅੱਜ ਸਰ SHO ਮਾਨਯੋਗ SHO ਵੱਲੋਂ ਫੈਸਲਾ ਸੀ 5 ਵਜੇ ਦਾ ਪਰ ਕੱਲ੍ਹ ਰਾਤ ਨੂੰ ਹੀ ਇਹਨਾਂ ਨੇ 25-30 ਬੰਦੇ ਲਿਆ ਕੇ ਮੇਰੀ ਦੁਕਾਨ ਤੇ ਭੰਨ ਤੋੜ 10 ਲੱਖ ਦਾ ਸਮਾਨ ਕੁਝ ਨਕਦੀ ਲੈ ਗਏ ਮੇਰੇ ਕੋਲ ਤੇ ਸਾਰੇ ਜਿਹੜੇ ਗਰੀਬ ਬੰਦੇ ਆ ਤੇ ਅੱਗੇ ਵੀ ਇਹਨਾਂ ਨੇ ਬੜੇ ਕਬਜ਼ੇ ਕੀਤੇ ਆ। ਕੀ ਨਾਮ ਨੇ ਉਹਨਾਂ ਦਾ? ਨਾਮ ਸਰ ਹੈਗਾ ਜੋ ਇੱਕ ਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸਨ ਆਫ ਪੁੱਤਰ ਸੁਖਦੇਵ ਸਿੰਘ ਢਿੱਲੋ ਡੇਰੀ ਵਾਲੇ, ਇੱਕ ਖੁਰਮਣੀਆ ਦਾ ਸਰ ਨਾਂ ਜੋ ਨਰਿੰਦਰ ਸਿੰਘ ਪੁੱਤਰ ਚੰਚਲ ਸਿੰਘ, ਕਿੰਨੇ ਕੁ ਵਜੇ ਦਾ ਟਾਈਮ? ਲਾਲੀ ਖੁਰਮਣੀਆ ਪੁੱਤਰ ਤਜਿੰਦਰ ਸਿੰਘ, ਕਿੰਨੇ ਕੁ ਵਜੇ ਦਾ ਟਾਈਮ? ਇਹ ਸਰ 12 ਵਜੇ ਕੁਝ ਆਦਮੀਆਂ ਨੇ ਮੈਨੂੰ ਦੱਸਿਆ ਵੀ ਤੇਰੀ ਦੁਕਾਨ ਨਾਲ ਭੰਨ ਤੋੜ ਹੋ ਰਹੀ ਆ। ਰਾਤ ਦੇ 12 ਵਜੇ ਸਰ ਮੈਂ 12:30 ਦਾ ਸਮਾਂ ਜੋ ਸਾਡੇ ਘਰ ਗਏ, ਪਹਿਲਾਂ ਉਹਨਾਂ ਨੂੰ ਕਾਲ ਕੀਤੀ, ਮੈਂ ਸਰ ਮਾਨਯੋਗ SHO ਸਾਹਿਬ ਨੂੰ ਫੋਨ ਕੀਤਾ, ਇਹਨਾਂ ਨੇ ਕਿਹਾ ਆ ਵੀ ਕੋਈ ਗੱਲ ਨਹੀਂ ਕਰ ਲੈਂਦੇ ਜੋ ਕਰਦੇ, ਤੂੰ ਉੱਥੇ ਦੁਕਾਨ 'ਤੇ ਜਾਈ ਤੇਰਾ ਨੁਕਸਾਨ ਕਰ ਦੇਣਗੇ ਅਤੇ ਆਪਾਂ ਸਵੇਰੇ ਗੱਲ ਕਰਦੇ ਹਾਂ। ਅਤੇ ਮੈਂ ਸਰ ਮੁੜ ਕੇ 112 ਨੰਬਰ 'ਤੇ ਕਾਲ ਲਾਈ ਆ, ਫਿਰ ਪੁਲਿਸ ਆਈ ਆ ਤੁਹਾਨੂੰ ਤੱਕ ਸਰ ਮੇਰਾ ਇਹਨਾਂ ਚਮਚਾ ਤੱਕ ਨਹੀਂ ਛੱਡਿਆ, ਸਾਰਾ ਸਾਡਾ ਸਾਰਾ ਹੀ ਕੋਈ ਨੀ ਸੁਣੀ ਤੇ ਪ੍ਰਸ਼ਾਸਨ ਨੂੰ ਵੀ ਸਰ ਆਪਣੇ ਅੰਦਰ ਲਿਆ ਜਿਹਦੇ ਵਿੱਚ ਮੇਰੇ ਕੋਲ ਸਾਰੇ ਸਬੂਤ ਪਏ ਆ। ਫੋਟੋ ਨਾਲ ਪ੍ਰਸ਼ਾਸਨ ਦਾ ਸਹਾਰਾ ਵੀ ਲਿਆ ਤਾਂ ਸਰ ਸਟੇ ਮੇਰੇ ਕੋਲ ਕਾਫੀ ਟਾਈਮ ਦਾ ਸੀ, 1-10 ਤਰੀਕ ਪਈ ਸੀ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੂੰ ਬੁਲਾਇਆ ਸੀ ਕੋਰਟ ਦੀ ਤੇ ਸਰ ਨਾਲ ਰਿਪੋਰਟਾਂ ਵੀ SHO ਸਭ ਕੋਲ ਬੈਂਡ ਨਹੀਂ ਸਰ ਕੋਈ ਨਹੀਂ ਕਾਰਵਾਈ ਗਈ ਉਹ ਸਰ ਪੁਲਿਸ ਦੀ ਤਾਂ ਆਖੇ ਨਹੀਂ ਮੰਨੇ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਸਰ ਕੰਮ ਹੋਇਆ ਸਾਰਾ ਆ ਸਰ 5 ਮਿੰਟ ਦਾ ਰਾਹ ਆ ਲਾਗੇ ਚੁੰਕੀ ਆ ਖੁੱਲੀ ਆ ਆਵਾਜ਼ਾਂ ਨਹੀਂ ਸੁਣਾਈ ਦਿੱਤੀਆਂ ਇਹਨਾਂ ਨੂੰ ਇਹ ਸਾਰਾ ਕੁਝ ਮੈਂ ਫੋਨ ਕਰ ਦੇ ਰਿਹਾ ਸਰ ਕੋਈ ਨਹੀਂ ਪ੍ਰਸ਼ਾਸਨ ਆਇਆ ਜਦੋਂ ਤੱਕ ਸਾਰਾ ਕੰਮ ਹੋ ਗਿਆ ਫਿਰ ਸਾਨੂੰ ਸੱਦਿਆ ਤੇ ਫਿਰ ਪੁਲਿਸ ਆਈ ਸਰ ਮੰਗਾਂ ਨੂੰ ਮਨਸਾਵ ਅਸੀਂ ਗਰੀਬ ਬੰਦੇ ਆ ਮਜ਼ਬੀ ਸਿੱਖ ਕਾਸਟ ਨਾਲ ਬਿਲੋਂਗ ਕਰਦੇ ਜ਼ਿਮੀਦਾਰ ਬੰਦੇ ਤਗੜੇ ਆ ਤੇ ਕਿਹਨੇ ਨਾਲ ਬੰਦੇ ਇਹਨਾਂ ਤੇ ਅੱਗੇ ਵੀ ਇਹਨੂੰ ਕਈ ਵਾਰ ਧਮਕਾਇਆ ਗਿਆ ਵੀ ਸਾਡੇ 25-35-36 ਕੇਸ ਆ ਤੇ ਸਰ ਉਹਨੂੰ ਇਨਸਾਫ ਜ਼ਿਆਦਾ ਸਾਨੂੰ ਹੁਣ ਜਾਨ ਦਾ ਵੀ ਖਤਰਾ ਸਰ ਕਾਰੋਬਾਰ ਤੇ ਤਾਂ ਗਿਆ ਹੀ ਗਿਆ ਆ। ਹਾਂਜੀ ਠੀਕ ਹੈ। ਹਾਂਜੀ ਪਾਪੇ ਕੀ ਨਾਮ ਤੁਹਾਡਾ? ਮੇਰਾ ਨਾਮ ਹਰਪ੍ਰੀਤ ਸਿੰਘ। ਕਿਹੜਾ ਇਲਾਕਾ ਹੈ? ਮੇਰਾ ਇਹ ਇਲਾਕਾ ਖਾਸਾ ਸ਼ਹਿਰ ਦੇ। ਕੀ ਕੀ ਗੱਲਬਾਤ ਹੈ? ਇਹ ਰਾਤੀ ਕੋਈ 12 ਵਜੇ ਗੁੰਡਾਗਰਦੀ ਆਣ ਕੇ ਕਰਕੇ ਔਰ ਪਾਣ ਕੋੜ ਕਰਕੇ ਚਲ ਗਏ ਸਾਰੇ ਮੇਰੇ ਰਿਸ਼ਤੇਦਾਰ ਮਰ ਗਏ ਜਿਨ੍ਹਾਂ ਦੇ ਆਏ ਮੈਂ। ਕੀ ਹੈਗਾ ਜੀ ਇਹ ਢਾਬਾ ਹੀ? ਤੇ ਕੌਣ ਬੰਦਿਆਂ ਨੇ ਭੰਨਤੋੜ ਕੀਤੀ? ਇਹ ਬੰਦੇ ਕੋਈ ਇਹਨਾਂ ਦੇ ਢਿੱਲੋਂ ਡੇਰੀ ਵਾਲੇ, ਕੋਈ ਇੱਧਰ ਵੱਜਦੇ, ਕੋਈ ਨਰਾਇਣ ਕਰਦੇ, ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ? ਜਾਨੀ ਨੁਕਸਾਨ ਦਾ ਤਾਂ ਬਚਾਇਆ, ਰਾਤੀ ਗੋਲੀ ਗਾਲੀ ਮੇਰੇ ਖਿਆਲ ਚਲਾਈ ਹੈ, ਭੱਜ ਗਏ ਫਿਰ ਮੁੜ ਕੇ ਪਛਾਣ ਪੁਲਿਸ ਪਹੁੰਚੀ ਮੌਕੇ ਤੇ? ਪੁਲਿਸ ਨਹੀਂ ਪਹੁੰਚੀ। ਕੀ ਕਾਰਵਾਈ ਮੰਗ ਕਰਦੇ? ਅਸੀਂ ਆਨੇ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ, ਮਤਲਬ ਕਿ ਜੋ ਵੀ ਇਹਨਾਂ ਦਾ ਭਰਪਾਈ ਹੋਣੀ ਚਾਹੀਦੀ, ਜੋ ਵੀ ਨਕਦ ਕੈਸ਼ ਵੀ ਇਹਨਾਂ ਕੋਲ 2.5 ਲੱਖ ਰੁਪਇਆ ਸੀ ਜਿਹੜਾ ਅੰਦਰ ਰੱਖਿਆ ਸੀ ਇਹਨਾਂ ਨੇ, ਉਹ ਵੀ ਮਤਲਬ ਕਿ ਕਮੇਟੀ ਚੁੱਕੀ ਸੀ ਇਹਨਾਂ ਨੇ, ਉਹ ਵੀ ਇਹਨਾਂ ਦਾ ਲੈ ਗਏ ਸਾਰਾ, ਉਹ ਵੀ ਜੋ ਵੀ ਚਮਚਿਆਂ ਤੱਕ ਨਹੀਂ ਛੱਡਿਆ, ਇੱਕ ਪੱਖਾ ਛੱਤ ਵਾਲਾ ਛੱਤ ਵਾਲਾ ਪੱਖੇ ਤੱਕ ਨਹੀਂ ਛੱਡਿਆ ਉਹਨਾਂ, ਸਾਰਾ ਕੈਮਰੇ ਲੱਗੇ ਕੈਮਰੇ ਉਹ ਕੋ ਭੈਣ ਤੋੜ ਕਰਤੀ ਹੈ, ਭੈਣ ਕੈਮਰਾ ਵੀ ਤੋੜ ਗਏ, ਉਹ ਦੂਜੇ ਬਗਤਾ ਵੀ ਲੈ ਗਏ ਜੋ ਕੱਢ ਕੇ ਸਾਰਾ ਕੁਝ ਲੈ ਗਏ। ਹਾਂਜੀ ਸਰ, ਜਿਹੜਾ ਇੱਕ ਢਾਬੇ ਤੇ ਤੋੜ ਭੰਨ ਕੀਤੀ ਗਈ ਆ, ਕੀ ਹੈਗਾ ਜੀ ਸਰ ਤੇ ਕਿਸ ਜਗ੍ਹਾ ਤੇ ਹੈਗਾ ਢਾਬਾ? ਇਹ ਖਾਸਿਆ ਰੋਡ ਤੇ ਢਾਬਾ ਤੇ ਮਾਲਕਾਂ ਦਾ, ਜਿਹੜੇ ਮਾਲਕ ਸੀ ਉਹ ਕਿਰਾਏ ਤੇ ਦੁਕਾਨਾਂ ਦਿੱਤੀਆਂ ਸੀ ਤੇ ਇਹਨਾਂ ਦੀ ਆਪਸ ਵਿੱਚ ਦੀ ਹੈਗਾ ਸੀ ਤੇ ਉਹ ਆਣ ਕੇ ਆਪਣਾ ਜਿਹੜਾ ਵੀ ਆ ਦੁਕਾਨ 'ਚ ਸੀ ਉਹ ਸਾਰਾ ਤੋੜ ਕੇ ਤੇ ਆਪਣਾ ਸਮਾਨ ਲੈ ਗਏ ਜੀ? ਸਮਾਨ ਤਾਂ ਨਹੀਂ ਪਤਾ ਕਿ ਸਮਾਨ ਹੈਗਾ ਕਿ ਨਹੀਂ, ਸਮਾਨ ਤਾਂ ਨਹੀਂ ਜੋ ਪਤਾ ਤੇ ਤੁਹਾਨੂੰ ਕਿਦੋਂ ਪਤਾ ਲੱਗਾ? ਅਸੀਂ ਖਾਲੀ ਵੇਖਿਆ। ਤੁਹਾਨੂੰ ਕਿਦੋਂ ਪਤਾ ਲੱਗਾ ਇਹਦੇ ਬਾਰੇ ਕਿ? ਅਸੀਂ 2 ਵਜੇ ਗਏ ਹਾਂ। ਅੱਛਾ। ਜਦੋਂ ਵੇਖਿਆ ਜਾ ਕੇ ਪੁਲਿਸ ਪਾਰਟੀ ਨੇ ਤੇ ਸਮਾਨ ਵਿੱਚ ਅਸੀਂ ਬਸ ਕੰਧਾਂ ਢੱਕੀਆਂ ਵੇਖੀਆਂ ਤੇ ਸਭ। ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ? ਉਹਦੀ ਕਾਰਵਾਈ ਜੋ ਵੀ ਅਸੀਂ ਆਪਣੇ
ਅਫਸਰਾਂ ਦੇ ਨੋਟਿਸ ਲਿਆਂਦਾ ਜੋ ਵੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਕੋਈ ਸੀਸੀਟੀਵੀ ਕੈਮਰੇ 'ਚ ਆਇਆ ਨਜ਼ਰ ਜੀ ਕੁਛ ਸੀਸੀਟੀਵੀ ਕੈਮਰੇ ਹੈਗੇ ਜੀ ਉੱਥੇ ਕੈਮਰੇ ਕੋਈ ਨਹੀਂ ਵੇਖੇ ਤੇ ਕੈਮਰਾ ਹੈਗਾ ਨਹੀਂ ਕੋਈ ਵੀ ਟੁੱਟੇ ਹੀ ਕੈਮਰੇ ਹੁਣ ਤੱਕ ਕੀ ਕਾਰਵਾਈ ਕਰਦੀ ਹੈ ਜੀ ਹੁਣ ਜੋ ਵੀ ਇਹਦੇ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ